ਅਜੀਤ ਦੀ ਹਰਮਨ ਪਿਆਰਤਾ ਦਾ ਜਾਦੂ ਸਿਆਟਲ ਨਿਵਾਸੀਆਂ ਦੇ ਸਿਰ ਚੜ੍ਹ ਬੋਲਿਆ। ਸਿਆਟਲ ਦੇ ਪੰਜਾਬੀਆਂ ਦੀ, ਖਾਸ ਕਰਕੇ ਬਜ਼ੁਰਗਾਂ ਦੀ ਖੁਸ਼ੀ ਦੇਖਣਯੋਗ ਸੀ। ਇੱਥੇ ਮੁੱਖ ਗੁਰੂ ਘਰ ਗੁਰਦੁਆਰਾ ਸਿੰਘ ਸਭਾ ਰਿੰਟਨ ਵਿਖੇ ਤਕਰੀਬਨ ਹਰ ਐਤਵਾਰ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ। ਅੱਜ ਜਿਵੇਂ ਹੀ ਸੰਗਤਾਂ ਨੇ ਗੁਰੂ ਘਰ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਲੰਬਰਦਾਰ ਅਜੀਤ ਅਖਬਾਰ ਦੇ ਬੰਡਲ ਪਏ ਦੇਖੇ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹਨਾਂ ਸਭ ਤੋਂ ਪਹਿਲਾਂ ਆਪੋ ਆਪਣੀ ਅਖਬਾਰ ਦੀ ਕਾਪੀ ਸਾਂਭੀ, ਫਿਰ ਸਾਰੇ ਕੰਮ ਕੀਤੇ। ਇਹਨਾਂ ਬਜ਼ੁਰਗਾਂ ਵਿੱਚ ਕਾਫ਼ੀ ਬਜ਼ੁਰਗ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ ਨਹੀਂ ਆਏ। ਉਹਨਾਂ ਅਜੀਤ ਦੇਖ ਕੇ ਸਾਡੇ ਇਸ ਪੱਤਰਕਾਰ ਨੂੰ ਅਤੇ ਅਜੀਤ ਅਖਬਾਰ ਨੂੰ ਇੰਨੇ ਭਾਵਨਾਤਮਕ ਤਰੀਕੇ ਨਾਲ ਅਸੀਸਾਂ ਦਿੱਤੀਆਂ ਜਿਨ੍ਹਾਂ ਨੂੰ ਅੱਖਰਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬਹੁਤ ਬਹੁਤ ਧੰਨਵਾਦ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਅਜੀਤ ਅਖਬਾਰ ਜਿਹੜਾ ਬਲਜਿੰਦਰ ਸਿੰਘ ਹੰਦਰਦ ਹੋਰਾਂ ਦੀ ਉੱਦਮ ਦੇ ਨਾਲ ਘਰ ਘਰ ਪਹੁੰਚਿਆ। ਸੋ ਇੱਥੋਂ ਸਾਡੇ ਸਿਆਟਰ ਵਾਲਿਆਂ ਦਾ ਵੀ ਬਹੁਤ ਸਾਡੇ ਭਾਗ ਚੰਗੇ ਆ। ਸਾਨੂੰ ਸੁਭਾਗ ਪ੍ਰਾਪਤ ਹੋਇਆ, ਸਾਨੂੰ ਇਹੋ ਜਿਹਾ ਸੁਲਝਿਆ ਹੋਇਆ ਪੱਤਰਕਾਰ ਮਿਲਿਆ ਜਿਹਨੇ ਸਾਨੂੰ ਸਾਰੇ ਪੰਜਾਬੀਆਂ ਨੂੰ, ਸਿਆਟਰ ਵਾਲਿਆਂ ਨੂੰ, ਤਕਰੀਬਨ ਸਾਰੀ ਦੁਨੀਆ ਦੇ ਰੂਬਰੂ ਕੀਤਾ। ਅਤੇ ਸਾਡਾ ਮੇਰੇ ਖਿਆਲ ਨਾਲ ਪਹਿਲੀ ਵਾਰ ਇਸ ਤਰ੍ਹਾਂ ਹੋਇਆ। ਸੋ ਮੈਂ ਜਿੱਥੇ ਬਲਜਿੰਦਰ ਸਿੰਘ ਹੰਦਰਦ ਹੋਣਾ ਦਾ ਧੰਨਵਾਦ ਕਰਦਾ, ਉੱਥੇ ਹਰਮਨਪ੍ਰੀਤ ਸਿੰਘ ਦਾ ਵੀ ਬਹੁਤ ਵੱਡਾ ਉੱਦਮ ਆ ਕਿ ਇਹਦੀ ਬਹੁਤ ਵੱਡੀ ਕੋਸ਼ਿਸ਼ ਹੈ। ਇਹ ਛੋਟਾ ਕੰਮ ਨਹੀਂ ਹੁੰਦਾ, ਐਸਾ ਕੰਮ ਤੋਂ ਬਹੁਤ ਵੱਡਾ ਕੰਮ, ਕਿ ਵਿਆਹ ਜਿੰਨੀ ਜ਼ਿੰਮੇਵਾਰੀ ਹੁੰਦੀ ਆ, ਹਰ ਪੱਖ ਨੂੰ ਪੂਰਾ ਕਰਨਾ, ਸਮਾਜ ਦੇ ਹਰ ਚੰਗੀਆਂ ਚੀਜ਼ਾਂ ਨੂੰ ਮੂਹਰੇ ਲੈ ਕੇ ਆਉਣਾ। ਸੋ ਮੈਂ ਸਾਰਿਆਂ ਦਾ ਧੰਨਵਾਦ ਹੀ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਸਰਦਾਰ ਬਲਜਿੰਦਰ ਸਿੰਘ ਹਮਦਰਦ ਉਹਨਾਂ ਦਾ, ਜਿਨ੍ਹਾਂ ਨੇ ਆਪਣੇ ਇਸ ਕੀਮਤੀ ਅਖਬਾਰ ਦੇ ਵਿੱਚ ਸਾਡੇ ਇਸ ਸ਼ਹਿਰ ਦਾ ਸਪਲੀਮੈਂਟ ਇਨਕਲੂਡ ਕਰਕੇ ਪਬਲਿਸ਼ ਕੀਤਾ। ਅਤੇ ਬਾਕੀ ਹਰਮਨਪ੍ਰੀਤ ਸਾਡੇ ਜਿਨ੍ਹਾਂ ਨੇ ਇਹਨੂੰ ਕੋਆਰਡੀਨੇਟ ਕੀਤਾ, ਜਿਨ੍ਹਾਂ ਦੀ ਬਹੁਤ ਜ਼ਿਆਦਾ ਮਿਹਨਤ ਸੀ ਇਹਦੇ ਵਿੱਚ, ਇਹਨਾਂ ਨੇ ਘਰ ਘਰ ਜਾ ਕੇ ਹਰ ਇੱਕ ਬੰਦੇ ਦੇ ਨਾਲ ਕੰਟੈਕਟ ਕਰਕੇ ਐਡਵਰਟਾਈਜ਼ਮੈਂਟ ਲੈਣ ਦੀ ਕੋਸ਼ਿਸ਼ ਕੀਤੀ, ਅਤੇ ਬਾਕੀ ਆਪਣੇ ਸਾਰਿਆਂ ਨੂੰ ਯੂਨਾਈਟ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਸਾਡਾ ਪਰਿਵਾਰ ਆ, ਸਾਡਾ ਸਿਆਟਲ ਸਾਰੇ ਬੰਦੇ ਆਪਸ ਦੇ ਵਿੱਚ ਬੜੇ ਪਿਆਰ ਦੇ ਨਾਲ ਰਹਿੰਦੇ ਨੇ, ਅਤੇ ਇਹਦੇ ਵਾਸਤੇ ਸਾਨੂੰ ਆਪਣੇ ਮੈਂ ਆਪਣੇ ਵੱਲੋਂ ਸ਼ੁਭਕਾਮਨਾਵਾਂ ਪੇਸ਼ ਕਰਦਾ ਹਾਂ ਅਜੀਤ ਅਖਬਾਰ ਨੂੰ ਵੀ, ਜਿਨ੍ਹਾਂ ਨੇ ਸਾਨੂੰ ਇੱਥੇ ਜਿਹੜਾ ਸਾਡਾ ਸਪਲੀਮੈਂਟ ਕੱਢਿਆ। ਥੈਂਕ ਯੂ ਵੈਰੀ ਮੱਚ। ਅਜੀਤ ਅਖਬਾਰ ਨੇ ਆਪਣੇ ਇੱਥੋਂ ਦਾ ਸਿਆਟਲ ਦਾ ਜੋ ਸਪਲੀਮੈਂਟ ਸੀ ਉਹ ਸਾਰਾ ਪਿਛਲੇ ਦਿਨੀ ਅਖਬਾਰ ਦੇ ਵਿੱਚ ਛਾਪਿਆ। ਸਾਨੂੰ ਵਿਸ਼ੇਸ਼ ਜਗ੍ਹਾ ਦਿੱਤੀ ਉਹਨਾਂ ਨੇ, ਉਹਨਾਂ ਦੇ ਧੰਨਵਾਦੀ ਹਨ। ਨਾਲੇ ਉਹਨਾਂ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਪੰਥ ਦੀ ਆਵਾਜ਼, ਸਮੁੱਚੇ ਪੰਥ ਦੀ ਆਵਾਜ਼ ਇਸ ਅਖਬਾਰ ਦੇ ਵਿੱਚ ਹਰ ਤਰੀਕੇ ਹਰ ਵੇਲੇ ਪ੍ਰਿੰਟ ਕਰਦੇ ਰਿਹਾ ਕਰੋ, ਤਾਂ ਕਿ ਦੁਨੀਆਂ ਭਰ 'ਚ ਜਿੱਥੇ ਵੀ ਬੈਠੇ ਸਿੱਖ ਆ ਉਹ ਸਹੀ ਜਾਣਕਾਰੀ ਲੈ ਸਕਣ। ਸੋ ਧੰਨਵਾਦੀ ਹਾਂ ਇਹ ਅਖਬਾਰ ਦੇ ਸਾਰੇ ਕਰਿੰਦਿਆਂ ਦੇ, ਨੁਮਾਇੰਦਿਆਂ ਦੇ।